ਡਾਕਟਰ ਸਰੂਪ ਸਿੰਘ ਮਰਵਾਦੀ ਪੁਸਤਕ ਚਿੰਤਾ ਰੋਗ ਕਾਰਨ ਤੇ ਉਪਾਅ ਦਾ ਅਗਲਾ ਕਾંડ ਹੈ ਕਾਮ ਸੈਕਸ ਤੇ ਚਿੰਤਾ ਰੋਗ ਕਾਮ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ ਇਸ ਲਈ ਇਸ ਬਾਰੇ ਠੀਕ ਤੇ ਪੂਰੀ ਜਾਣਕਾਰੀ ਦਾ ਹੋਣਾ ਬੜਾ ਜ਼ਰੂਰੀ ਹੈ ਕਾਮ ਬਹੁਤ ਸਾਰੇ ਲੋਕਾਂ ਚ ਚਿੰਤਾ ਰੋਗ ਦਾ ਕਾਰਨ ਹੈ ਫਰਾਇਡ ਜਿਹੜਾ ਕਿ ਆਪਣੇ ਸਮੇਂ ਦਾ ਇੱਕ ਪ੍ਰਸਿੱਧ ਮਨੋਵਿਗਿਆਨੀ ਹੋਇਆ ਹੈ ਉਹਦੇ ਕਥਨ ਅਨੁਸਾਰ ਚਿੰਤਾ ਰੋਗ ਦਾ 90% ਕਾਰਨ ਹੈ ਕਾਮ ਦੀ ਭੁੱਖ ਕਾਮ ਦੀ ਭੁੱਖ ਹਰ ਜੀਵ ਚ ਹੁੰਦੀ ਹੈ ਪਰ ਇਹ ਭੁੱਖ ਇੰਨੀ ਜ਼ਰੂਰੀ ਤੇ ਜ਼ੋਰਦਾਰ ਨਹੀਂ ਜਿੰਨੀ ਕਿ ਖਾਣ ਪੀਣ ਦੀ ਭੁੱਖ ਹੁੰਦੀ ਹੈ ਇਹਦਾ ਸਬੂਤ ਇਹ ਹੈ ਕਿ ਕਾਮ ਦੀ ਭੁੱਖ ਪੂਰੀ ਕੀਤੇ ਬਿਨਾ ਮਨੁੱਖ ਬਹੁਤ ਦੇਰ ਤੱਕ ਜੀ ਸਕਦਾ ਹੈ ਪਰ ਅੰਨ ਤੋਂ ਬਿਨਾ ਬਹੁਤ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕਦਾ ਕਾਮ ਦੀ ਆਜ਼ਾਦੀ ਹਰ ਮਨੁੱਖ ਨੂੰ ਆਪਣਾ ਮਨ ਪਾਉਂਦਾ ਖਾਣ ਪੀਣ ਤੇ ਮਨਮਰਜ਼ੀ ਦਾ ਲਿਬਾਸ ਪਾਉਣ ਦੀ ਆਜ਼ਾਦੀ ਹੈ ਪਰ ਕਾਮ ਦੀ ਆਜ਼ਾਦੀ ਮਨੁੱਖ ਨੂੰ ਕਿਸੇ ਯੁੱਗ ਚ ਨਹੀਂ ਮਿਲੀ ਇਹ ਗੱਲ ਜੁਗਾ ਜਗਤਰਾ ਤੋਂ ਮੰਨੀ ਚੱਲੀ ਆ ਰਹੀ ਹੈ ਕਿ ਕਾਮ ਦੀ ਆਜ਼ਾਦੀ ਸਮਾਜ ਤੇ ਸਭਿਆਤਾ ਨੂੰ ਜੜੋਂ ਪੁੱਟ ਕੇ ਰੱਖ ਦੇਗੀ। ਇਹਦੇ ਆਰਥਿਕ ਤੇ ਸਮਾਜਿਕ ਨਤੀਜੇ ਵੀ ਬਹੁਤ ਭਿਆਨਕ ਨਿਕਲਣਗੇ। ਇਸ ਲਈ ਕਾਮ ਦੀ ਆਜ਼ਾਦੀ ਮਨੁੱਖ ਨੂੰ ਕਿਸੇ ਵਕਤ ਵੀ ਨਹੀਂ ਮਿਲੀ। ਸੈਕਸ਼ੂਅਲ ਐਕਟੀਵਿਟੀਆਂ ਉੱਤੇ ਪਾਬੰਦੀ ਜ਼ਰੂਰੀ ਹੈ। ਸਮਾਜ ਤੇ ਸਭਿਆਤਾ ਦੇ ਨਿਯਮਾਂ ਨੂੰ ਕਾਇਮ ਰੱਖਣ ਲਈ ਕਾਮ ਉੱਤੇ ਕੁਝ ਪਾਬੰਦੀਆਂ ਦਾ ਹੋਣਾ ਜ਼ਰੂਰੀ ਹੈ। ਸਾਨੂੰ ਚਾਹੀਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਕਾਮ ਬਾਰੇ ਠੀਕ ਰਾਹ ਦੱਸੀਏ ਤਾਂ ਕਿ ਉਹ ਵੱਡੇ ਹੋ ਕੇ ਬਿਨਾ ਕਿਸੇ ਤਕਲੀਫ ਦੇ ਸਮਾਜ ਵੱਲੋਂ ਕਾਮ ਤੇ ਲਾਈਆਂ ਪਾਬੰਦੀਆਂ ਦੇ ਅੰਦਰ ਰਹਿਣ ਤੇ ਕਿਸ਼ੋਰ ਉਮਰ ਵਿੱਚ ਹੀ ਸਿੱਖ ਜਾਣ। ਕਾਮ ਮਨੁੱਖ ਦੀਆਂ ਬਹੁਤ ਸਾਰੀਆਂ ਤਕਲੀਫਾਂ ਦਾ ਕਾਰਨ ਹੈ ਇਸ ਲਈ ਕਾਮ ਨੂੰ ਆਪਣੇ ਕਾਬੂ 'ਚ ਰੱਖਣਾ ਅਤ ਜ਼ਰੂਰੀ ਹੈ। ਇਸ ਗੱਲ ਨਾਲ ਸਾਰੇ ਸਹਿਮਤ ਹੈ ਕਿ ਕਾਮ ਤੇ ਪਾਬੰਦੀਆਂ ਲੱਗੀਆਂ ਰਹਿਣੀਆਂ ਚਾਹੀਦੀਆਂ ਪਰ ਨੌਜਵਾਨਾਂ ਨੂੰ ਕਾਮ ਜ਼ਬਤ 'ਚ ਰੱਖਣਾ ਸਿਖਾਉਣ ਲਈ ਸੋਸਾਇਟੀ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਹਦੇ ਉਲਟ ਸੈਕਸ਼ੂਅਲ ਡਿਜ਼ਾਇਰ ਨੂੰ ਉਭਾਰਨ ਤੇ ੜਕਾਉਣ ਦੇ ਸਾਧਨ ਦਿਨੋਂ-ਦਿਨ ਵੱਧ ਰਹੇ ਆ। ਚਾਲ ਚਲਣ ਦੀ ਢਿੱਲ ਕਈ ਲੋਕ ਕਾਮ ਨੂੰ ਕੇਵਲ ਇੱਕ ਖੇਡ ਤੇ ਜੀ ਪਰਚਾਵਾ ਸਮਝਦੇ ਐ ਇਹ ਉਹਨੂੰ ਕੋਈ ਉੱਚਾ ਤੇ ਸੁਚਾਦਰਜਾ ਨਹੀਂ ਦਿੰਦੇ ਉਹਨਾਂ ਦਾ ਵਿਚਾਰ ਹੈ ਕਿ ਕਾਮ ਦੀ ਹਿਰਸ ਨੂੰ ਹਰ ਟੰਗ ਨਾਲ ਪੂਰਾ ਕਰਨਾ ਜਾਇਜ਼ ਹੈ ਉਹ ਇਸ ਚੀਜ਼ ਨੂੰ ਸੰਪੂਰਨ ਕਾਮ ਗਿਆਨ ਸੈਕਸਚੁਅਲ ਮੈਚਿਓਰਿਟੀ ਸਮਝਦੇ ਐ ਇਹ ਗੱਲ درست ਹੈ ਕਿ ਕਾਮ ਅਗਨੀ ਸੈਕਸ਼ੂਅਲ ਅਰਜ ਨੂੰ ਬਾਹਰ ਕੱਢਣ ਲਈ ਨਿਕਾਸ ਦਾ ਹੋਣਾ ਬਹੁਤ ਜ਼ਰੂਰੀ ਹੈ ਇਹਨੂੰ ਬਹੁਤ ਜ਼ਿਆਦਾ ਦਬਾ ਕੇ ਰੱਖਣ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਪਰ ਇਸ ਦੇ ਨਿਕਾਸ ਦਾ ਢੰਗ ਜਿਹਾ ਹੋਣਾ ਚਾਹੀਦਾ ਜਿਸ ਨਾਲ ਨਾ ਤਾਂ ਸਮਾਜ ਦੇ ਨਾਮ ਟੁੱਟਣ ਤੇ ਨਾ ਹੀ ਕਿਸੇ ਦੂਜੇ ਦੇ ਹਿੱਤਾਂ ਨੂੰ ਕੋਈ ਨੁਕਸਾਨ ਪਹੁੰਚੇ ਇਹਦਾ ਕਾਰਨ ਇਹ ਹੈ ਕਿ ਚਾਲ ਚੱਲਨ ਤੇ ਢਿੱਲੇ ਆਦਮੀ ਨੂੰ ਸਮਾਜ ਦਾ ਹਰ ਵੇਲੇ ਡਰ ਰਹਿੰਦਾ ਹੈ ਉੰਦਰੋਂ ਅੰਦਰ ਹੀ ਆਪਣੇ ਪਾਪਾਂ ਤੋਂ ਆਪ ਹੀ ਕੰਬਦਾ ਰਹਿੰਦਾ ਹੈ ਸਮਾਜ ਵੱਲੋਂ ਬਣਾਏ ਕਾਮਨਾਵਾਂ ਨੂੰ ਤੁਸੀਂ ਦੋਸ਼ੀ ਭਾਵ ਗਿਲਟੀ ਕੌਂਸ਼ੀਅਸ ਦੇ ਮਾਨਸਿਕ ਚਾਪ ਪੈਦਾ ਕੀਤੇ ਬਿਨਾ ਤੋੜ ਨਹੀਂ ਸਕ ਭਾਵੇਂ ਤੁਸੀਂ ਇਹ ਕੰਮ ਲੁਕਛਿਪ ਕੇ ਹੀ ਕਿਉਂ ਨਾ ਕਰੋ ਇਸ ਚੀਜ਼ ਨੂੰ ਕੋਈ ਵੀ ਦੂਜਾ ਵੇਖਦਾ ਨਾ ਹੋਏ ਇਹ ਦੋਸ਼ੀ ਭਾਵ ਤੁਹਾਡੇ ਜੀਵਨ ਚ ਬਦਮਗੀ ਪੈਦਾ ਕਰ ਦੇਗਾ ਉਦਾਹਰਨ ਤੁਸੀਂ ਕਿਸੇ ਸੋਹਣੀ ਲੜਕੀ ਦੇ ਅੰਗਾਂ ਵੱਲ ਦੇਖ ਰਹੇ ਹੋ ਤੁਹਾਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਕਿਸੇ ਹੋਰ ਆਦਮੀ ਨੇ ਤੁਹਾਡੀ ਇਸ ਹਰਕਤ ਨੂੰ ਵੇਖ ਲਿਆ ਤੁਹਾਡੇ ਅੰਦਰ ਕਾਮ ਦਾ ਦੋਸ਼ੀ ਭਾਵ ਆ ਜਾਏਗਾ ਉਸੇ ਵੇਲੇ ਤੁਹਾਡਾ ਰੰਗ ਬਦਲ ਜਾਏਗਾ ਘਬਰਾਹਟ ਸ਼ੁਰੂ ਹੋ ਜਾਏਗੀ ਕਈ ਆਦਮੀਆਂ ਨੂੰ ਹੱਥ ਰੱਸੀ ਦੀ ਆਦਤ ਹੁੰਦੀ ਹੈ ਉਹ ਇਹ ਕੰਮ ਬੜਾ ਲੁਕ ਛਿਪ ਕੇ ਕਰਦੇ ਆ ਉਹਨਾਂ ਦੀ ਇਹ ਹਰਕਤ ਨੂੰ ਭਾਵੇਂ ਕੋਈ ਨਹੀਂ ਦੇਖਦਾ ਪਰ ਦੋਸ਼ੀ ਭਾਵ ਦੇ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ ਕਾਮ ਦਾ ਦੋਸ਼ੀ ਭਾਵ ਡਰ ਤੇ ਖਚਾਓ ਪੈਦਾ ਕਰਦਾ ਹੈ ਡਰ ਦੇ ਕਾਰਨ ਮਨੁੱਖ ਦੇ ਅੰਦਰੋਂ ਭੈੜੀਆਂ ਤੇ ਰੋਗੀ ਤਰੰਗਾਂ ਨਿਕਲਦੀਆਂ ਜਿਹੜੀਆਂ ਕਿ ਉਹਨੂੰ ਕਈ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਰੋਗ ਲਾ ਦਿੰਦੀਆਂ ਕਾਮ ਦੇ ਨਿਯਮ ਤੋੜਨ ਨਾਲ ਬੇਚੈਨੀ ਤੇ ਪਰੇਸ਼ਾਨੀ ਇਸ ਲਈ ਪੈਦਾ ਹੁੰਦੀ ਹੈ ਕਿ ਮਨੁੱਖ ਨੂੰ ਡਰ ਰਹਿੰਦਾ ਹੈ ਕਿ ਉਹਦੇ ਭੈੜੇ ਕੰਮਾਂ ਦਾ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ। ਭੈੜਾ ਕੰਮ ਕਰਕੇ ਜਾਂ ਕਾਮ ਨਿਯਮ ਤੋੜ ਕੇ ਤੁਸੀਂ ਪੁਲਿਸ ਦੇ ਸਿਪਾਈ ਭਾਵ ਕਾਨੂੰਨ ਦੀ ਅੱਖ ਤੋਂ ਤਾਂ ਵੱਤ ਸਕਦੇ ਹੋ ਪਰ ਆਪਣੀ ਜ਼ਮੀਰ ਦੀ ਅੱਖ ਤੋਂ ਕਦੇ ਨਹੀਂ ਵੱਤ ਸਕਦੇ। ਚਾਲ ਚਲਣ ਤੇ ਘਰ ਦੇ ਸੁੱਖ ਚਾਲ ਚਲਣ ਤੇ ੱਟੇ ਲਿਆ ਆਦਮੀ ਦੇ ਘਰੇਲੂ ਹਾਲਾਤ ਵੀ ਕਦੇ ਚੰਗੇ ਨਹੀਂ ਰਹਿੰਦੇ। ਬੱਚਿਆਂ ਦੀ ਪਰਵਰਿਸ਼ ਵੀ ਚੰਗੇ ਮਾਹੌਲ ਸੁ ਨਹੀਂ ਹੁੰਦੀ। ਇਸ ਕਾਲ ਦਾ ਮਨੁੱਖ ਦੀ ਆਰਥਿਕ ਹਾਲਤ ਤੇ ਕੰਮ ਕਾਜ ਤੇ ਵੀ ਪੈਣਾ ਅਸਰ ਪੈਂਦਾ ਕਾਮ ਦਾ ਦੋਸ਼ੀ ਭਾ ਦੂਜੇ ਦੋਸ਼ੀ ਭਾਵਾ ਚੋਰੀ ਠੱਗੀ ਧੋਖਾ ਝੂਠਾ ਆਦ ਨਾਲ ਉਹ ਵਧੇਰੇ ਜ਼ਬਰਦਸਤ ਹੁੰਦਾ ਮਨੁੱਖ ਨੂੰ ਹਰ ਵੇਲੇ ਇਹੀ ਡਰ ਲੱਗਿਆ ਰਹਿੰਦਾ ਵੀ ਇਹਦਾ ਦੂਜੇ ਲੋਕਾਂ ਨੂੰ ਪਤਾ ਨਾ ਲੱਗ ਜਾਈ ਇਸ ਲਈ ਕਈ ਵਾਰੀ ਮਨੁੱਖ ਨੂੰ ਆਤਮ ਹੱਤ ਦੀ ਹੱਦ ਤੱਕ ਵੀ ਲੈ ਜਾਂਦਾ ਕਿ ਚਾਲ ਚੱਲਣ ਦੀ ਢਿੱਲ ਮਨੁੱਖ ਦੇ ਜੀਵਨ ਨੂੰ ਪਰਫੁੱਲਤਾ ਤੇ ਖੁਸ਼ੀ ਭਰਿਆ ਬਣਾਉਂਦੀ ਅਸੀਂ ਇਹ ਗੱਲ ਨਾਲ ਸਹਿਮਤ ਨਹੀਂ ਕਾਮ ਦਾ ਦੋਸ਼ੀ ਭਾਵ ਮਨੁੱਖ ਦੇ ਜੀਵਨ ਨੂੰ অতি ਦੁਖਦਾਈ ਬਣਾ ਦਿੰਦਾ ਹੈ ਉਸ ਚੀਜ਼ ਤੋਂ ਕੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ ਜਿਹੜਾ ਆਦਮੀ ਨੂੰ ਖੁਦ ਖੁਸ਼ੀ ਕਰਨ ਤੇ ਮਜਬੂਰ ਕਰਦਾ ਹੈ ਇਹ ਗੱਲ ਤੁਹਾਨੂੰ ਹੇਟ ਲਿਖੇ ਡਾਕਟਰ ਸ਼ਿੰਡਲਰ ਦੇ ਦੋ ਕੇਸਾਂ ਤੋਂ ਪੂਰੀ ਤਰ੍ਹਾਂ ਨਾਲ ਸਪਸ਼ਟ ਹੋ ਜਾਏਗੀ ਰਿਚਰਡ ਇੱਕ ਬੜਾ ਚੁਸਤ ਤੇ ਮਿਲਨਸਾਰ ਆਦਮੀ ਸੀ ਇਹਦੇ ਨਾਲ ਹੀ ਉਹ ਇੱਕ ਚੰਗਾ ਪਤੀ ਵੀ ਸੀ ਉਹਨੇ ਕਦੀ ਵੀ ਕਿਸੇ ਨਾਲ ਦਿਲੋਂ ਕੋਈ ਬੁਰਾਈ ਨਹੀਂ ਕੀਤੀ ਪਰ ਉਹ ਆਪਣੇ ਆਪ ਨੂੰ ਕੁਝ ਅਗਾਹ ਵੱਧੂ ਖਿਆਲਾਂ ਦਾ ਸਮਝਦਾ ਸੀ ਉਹਦੇ ਇੱਕ ਲੜਕੇ ਨਾਲ ਗਲਤ ਸਬੰਧ ਸੀ ਕੁਝ ਚਿਰ ਤੱਕ ਰਿਚਰਡ ਦਾ ਲੜਕੀ ਨਾਲ ਇੰਜ ਹੀ ਸਿਲਸਿਲਾ ਚੱਲਦਾ ਰਿਹਾ ਉਹ ਸਦਾ ਹੀ ਆਖਦਾ ਸੀ ਮੇਰੇ ਤੇ ਇਸ ਲੜਕੀ ਦੇ ਆਪਸ ਵਿੱਚ ਤਾਲੁਕਤ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਦੇ ਰਹੇ ਫਿਰ ਇਹ ਮਾੜੀ ਗੱਲ ਕਿਵੇਂ ਹੋਈ ਇਸ ਉੱਤੇ ਕਿਸੇ ਨੂੰ ਕਿਉਂ ਇਤਰਾਜ਼ ਹੋਇਆ ਬਹੁਤ ਦੇਰ ਤੱਕ ਚੋਰੀ-ਚੋਰੀ ਬਹਾਨੇ ਖੋਰੀ ਨਾਲ ਉਸ ਲੜਕੀ ਨੂੰ ਮਿਲਦਾ ਰਿਹਾ ਇੱਕ ਰਾਤ ਜਦੋਂ ਦੋਵੇਂ ਕਿਸੇ ਹੋਟਲ 'ਚ ਸੀ ਹੋਟਲ ਦੇ ਮੈਨੇਜਰ ਨੂੰ ਉਹਨਾਂ ਤੇ ਸ਼ੱਕ ਪੈ ਗਿਆ ਉਹ ਦੋਵੇਂ ਪਕੜੇ ਗਏ ਰਿਚਰਡ ਕਿਸੇ ਹੋਰ ਫਰਜ਼ੀ ਨਾਂ ਉੱਤੇ ਉਸ ਲੜਕੀ ਦਾ ਪਤੀ ਬਣ ਕੇ ਹੋਟਲ 'ਚ ਆਇਆ ਸੀ ਤੇ ਜਦੋਂ ਮੈਨੇਜਰ ਨੇ ਉਹਨੂੰ ਆਫੜਿਆ ਉਹ ਸਮਝ ਗਿਆ ਕਿ ਹੁਣ ਉਹ ਕਾਨੂੰਨ ਦੇ ਸ਼ਿਕੰਜੇ 'ਚ ਆ ਗਿਆ ਮੈਨੇਜਰ ਨੇ ਉਸੇ ਵੇਲੇ ਦੀ ਪੁਲਿਸ ਨੂੰ ਖਬਰ ਕਰਤੀ ਪਰ ਰਿਚਰਡ ਤੇ ਉਹ ਲੜਕੀ ਦੋਵੇਂ ਪੁਲਿਸ ਤੋਂ ਪੰਚਨ ਤੋਂ ਪਹਿਲਾਂ ਹੀ ਪਤਰਾਵਾਜ ਗਏ ਹੋਟਲ ਦੇ ਮੈਨੇਜਰ ਨੇ ਰਿਚਰਡ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਠੀਕ ਥਾਉ ਪਤਾ ਲੈ ਲਿਆ ਰਿਚਰਡ ਨੂੰ ਦੋ ਦਿਨ ਠੰਡੀਆਂ ਤਰੇਲੀਆਂ ਆਉਂਦੀਆਂ ਰਹੀਆਂ ਉਹ ਮੇਰੇ ਕੋਲ ਪੇਟ ਦੀ ਖਰਾਬੀ ਲਈ ਆਇਆ ਸੀ ਪਰ ਮੇਰੇ ਕੋਲ ਪਹੁੰਚਣ ਤੋਂ ਪਹਿਲਾਂ ਉਹ ਇੱਕ ਵਕੀਲ ਨੂੰ ਵੀ ਮਿਲ ਆਇਆ ਸੀ ਤੁਸੀਂ ਯਕੀਨ ਕਰੋ ਰਿਚਰਡ ਹੁਣ ਇੱਕ ਅਤਿਆੰਤ ਦੁਖੀ ਇਨਸਾਨ ਉਹ ਆਪਣੀ ਤਬਾਹੀ ਮੁਕੰਮਲ ਤੇ ਵਾਹੀ ਤੋਂ ਬਚਣ ਲਈ ਹੱਥ ਪੈਰ ਮਾਰ ਰਿਹਾ ਹੈ ਰਿਚਰਡ ਇਸ ਵੇਲੇ ਅਨਾ ਦੁਖੀ ਸੀ ਜਿੰਨਾ ਕੋਈ ਮਨੁੱਖ ਇਸ ਦੁਨੀਆ 'ਚ ਹੋ ਸਕਦਾ ਹੈ ਉਹ ਬਹੁਤ ਡਰਿਆ ਤੇ ਪਰੇਸ਼ਾਨ ਸੀ ਤੀਸਰੇ ਦਿਨ ਹੋਟਲ ਦੇ ਮੈਨੇਜਰ ਨੇ ਰਿਚਰਡ ਦੇ ਵਿਰੁੱਧ ਅਦਾਲਤ 'ਚ ਦਰਖਾਸਤ ਦਿੱਤੀ ਦਰਖਾਸਤ 10:30 ਮਿੰਟ ਤੇ ਦਿੱਤੀ ਗਈ रिचर्ड ਨੂੰ 10:35 ਤੇ ਅਦਾਲਤ ਵੱਲੋਂ ਸਮਨ ਮਿਲਿਆ 10:40 ਤੇ ਰਿਚਰਡ ਨੇ ਸਿਰ 'ਚ ਗੋਲੀ ਮਾਰ ਕੇ ਆਤਮ ਹੱਤਿਆ ਰਿਚਰਡ ਦੀ ਮੌਤ ਦੀ ਖਬਰ ਸਭ ਅਖਬਾਰਾਂ 'ਚ ਪ੍ਰਕਾਸ਼ਿਤ ਹੋ ਗਈ ਪਰ ਉਹਦੀ ਮੌਤ ਦੇ ਅਸਲ ਕਾਰਨ ਦਾ ਕਿਸੇ ਨੂੰ ਪਤਾ ਨਹੀਂ ਲੱਗਾ ਇਸ ਤਰ੍ਹਾਂ ਖਾਨਦਾਨ ਦੀ ਇੱਜ਼ਤ ਤਾਂ ਬਚ ਗਈ ਪਰ ਰਿਚਰਡ ਆਪ ਖਤਮ ਹੋ ਗਿਆ ਡਾਕਟਰ ਮੈਕ ਇੱਕ ਬੜਾ ਹਾਸਮੁਖ ਆਦਮੀ ਸੀ ਉਹਦੀ ਪ੍ਰੈਕਟਿਸ ਵੀ ਬੜੀ ਚੰਗੀ ਸੀ ਠੀਕ-ਠਾਕ ਚੱਲ ਰਹੀ ਸੀ ਇੱਕ ਦਿਨ ਉਹਦੇ ਮਨ 'ਚ ਵਿਚਾਰ ਆਇਆ ਕਿ ਜ਼ਿੰਦਗੀ ਨੂੰ ਕੰਮ ਨਾਲ ਕੋ ਜਰਮਾਂਚਿਕ ਬਣਾਉਣਾ ਚਾਹੀਦਾ ਹੈ ਆਦਮੀ ਨੂੰ ਅਗਾ ਵਧੂ ਤੇ ਖੁੱਲੇ ਖਿਆਲਾਂ ਦਾ ਹੋਣਾ ਚਾਹੀਦਾ ਹੈ ਫਿਰ ਉਹ ਆਪਣੇ ਮਨ ਚ ਆਖਣ ਲੱਗਾ ਜੇ ਇਸ ਤਰ੍ਹਾਂ ਕਰ ਲਿਆ ਜਾਈ ਤਾਂ ਹਰ ਵੀ ਕੀ ਹੈ ਇਸ ਪਿਛੋਂ ਨੇ ਕਈ ਲੜਕੀਆਂ ਤੇ ਡੋਰੇ ਪਾਉਣੇ ਸ਼ੁਰੂ ਕੀਤੇ ਤੇ ਆਖਰ ਇੱਕ ਬਦਮਾਸ਼ ਲੜਕੀ ਉਹਦੇ ਨਾਲ ਜਾਇਜ਼ ਤਾਲੁਕਤ ਹੋ ਗਏ ਕੁਝ ਸਮੇਂ ਵਿੱਚ ਉਸ ਲੜਕੀ ਨੂੰ ਗਰਭ ਹੋ ਗਿਆ ਡਾਕਟਰ ਮੈਕ ਨੇ ਗਰਭ ਨੂੰ ਗਰਾਉਣਾ ਚਾਹਿਆ ਪਰ ਲੜਕੀ ਨੇ ਇਹ ਕੰਮ ਕਰਾਉਣ ਤੋਂ ਇਨਕਾਰ ਕਰ ਦਿੱਤਾ ਡਾਕਟਰ ਨੂੰ ਫਸਿਆ ਦੇਖ ਕੇ ਲੜਕੀ ਨੇ ਇਸ ਗੱਲ ਦਾ ਪੂਰਾ ਫਾਇਦਾ ਉਠਾਣਾ ਚਾਇਆ। ਉਹਨੇ ਡਾਕਟਰ ਨੂੰ ਧਮਕੀ ਦਿੱਤੀ ਉਹਦੇ ਵਿਰੁੱਧ ਮੁਕਦਮਾ ਕਰੇਗੀ। ਜਦ ਇਹ ਲੜਕੀ ਮੇਰੇ ਪਾਸ ਆਈ ਉਸ ਵੇਲੇ ਉਹ ਗਰਭਵਤੀ ਸੀ। ਉਹਨੇ ਮੈਨੂੰ ਸਾਰੀ ਕਹਾਣੀ ਬੜੇ ਫਖਰ ਨਾਲ ਸੁਣਾਈ। ਲੜਕੀ ਪਹਿਲਾਂ ਹੀ ਚਾਲ ਚੱਲਣ ਦੀ ਗਰੀ ਸੀ। ਇਸ ਲਈ ਮੇਰੇ ਖਿਆਲ ਚ ਲੜਕੀ ਦਾ ਵੀ ਇਸ ਸਾਰੇ ਮਾਮਲੇ 'ਚ ਓਨਾ ਹੀ ਦੋਸ਼ ਸੀ ਜਿੰਨਾ ਕਿ ਡਾਕਟਰ ਮੈਕ ਦਾ। ਮੈਂ ਉਹਨੂੰ ਬੜਾ ਸਮਝਾਇਆ ਕਿ ਡਾਕਟਰ ਮੈਕ ਦੇ ਵਿਰੁੱਧ ਮੁਕਦਮਾ ਕਰਨ ਦਾ ਖਿਆਲ ਛੱਡ ਦੇ ਪਰ ਉਹਨੇ ਮੇਰੀ ਇੱਕ ਨਾ ਸੁਣੀ। ਹੁਣ ਡਾਕਟਰ ਮੈਕ ਨੂੰ ਆਪਣੀ ਤਬਾਹੀ ਸਾਹਮਣੇ ਦਿਸ ਰਹੀ ਸੀ। ਮਕਦਮੇ ਨੇ ਉਹਦਾ ਸਾਰਾ ਭੇਦ ਖੋਲ ਦੇਣਾ ਸੀ ਜਿਸ ریاست ਵਿੱਚ ਉਹ ਰਹਿੰਦਾ ਸੀ ਉਹਦੇ ਕਾਨੂੰਨ ਅਨੁਸਾਰ ਮੈਕ ਦਾ ਡਾਕਟਰੀ ਕੰਮ ਕਰਨ ਦਾ ਲਾਇਸੈਂਸ ਜਬਤ ਹੋ ਜਾਣਾ ਸੀ ਇਸ ਲਈ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਵੀ ਲੜਕੀ ਆਪਣੇ ਇਰਾਦੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਦਲ ਜਾਏ ਪਰ ਮੇਰੇ ਸਮਝਾਉਣ ਦਾ ਰਾਹੀ ਪਰ ਵੀ ਉੱਤੇ ਅਸਰ ਨਹੀਂ ਹੋਇਆ ਤੇ ਜਦ ਡਾਕਟਰ ਮੈਕ ਨੂੰ ਖਬਰ ਮਿਲੀ ਕਿ ਲੜਕੀ ਕਿਸੇ ਵਕੀਲ ਨਾਲ ਉਸਤੇ ਮੁਕਦਮਾ ਚਲਾਉਣ ਬਾਰੇ ਸਲਾਹ ਕਰ ਰਹੀ ਹੈ ਉਹਨੇ ਸੰਖੀਆਂ ਖਾ ਕੇ ਆਤਮਕਾਤ ਕਰ ਲਿਆ ਸਭ ਲੋਕ ਸਮਝਦੇ ਸੀ ਵੀ ਡਾਕਟਰ ਮੈਕ ਦੀ ਮੌਤ ਕੁਦਰਤੀ ਹੋਈ ਹੈ ਪਰ ਅਸਲ ਕਾਰਨ ਦਾ ਹੋਰ ਕਿਸੇ ਨੂੰ ਪਤਾ ਨਾ ਲੱਗਾ ਉਸ ਲੜਕੀ ਨੂੰ ਫਿਰ ਮੈਂ ਕਦੇ ਨਹੀਂ ਵੇਖਿਆ ਪਰ ਇਸ ਗੱਲ ਦੇ 1 ਮਹੀਨੇ ਵਿੱਚੋਂ ਮੈਂ ਅਖਬਾਰ 'ਚ ਪੜਿਆ ਕਿ ਉਹ ਡੁੱਬ ਕੇ ਮਰ ਗਈ ਇਹ ਦੋ ਕੇਸ ਦੱਸਣ ਤੋਂ ਸਾਡਾ ਭਾਵੇਂ ਹੈ ਕਿ ਉਸ ਰਾਹ ਤੇ ਕਿਉਂ ਪੈਣਾ ਜਿੱਥੇ ਚੱਲੇ ਆਦਮੀ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਅੱਪੜ ਕੇ ਉਹਨੂੰ ਖੁਦਕੁਸ਼ੀ ਕਰਨ ਦੀ ਸੋਚ ਆ ਪੈਂਦੀ ਹੈ ਜੇ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਉਂਦੀ ਤਾਂ ਗਮ ਫਿਕਰ ਡਰ ਜ਼ਰੂਰ ਲੱਗ ਜਾਂਦੇ ਹੈ ਜਿਨ੍ਹਾਂ ਨਾਲ ਕੇ ਆਦਮੀ ਝੋਖਾ ਬਿਮਾਰ ਤੇ ਦੁਖੀ ਹੋ ਜਾਂਦਾ ਹੈ ਝਗੜੇ ਚ ਬਾਹਰ ਰਹਿਣਾ ਬਹੁਤ ਸੌਖਾ ਹੈ ਝਗੜੇ ਚ ਪੈ ਕੇ ਉਸ ਤੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ ਇਹ ਗੱਲ ਪੱਲੇ ਬਣਨ ਵਾਲੀ ਹੈ ਮਿਸ ਏ ਉਮਰ 17 18 ਸਾਲ ਮੇਰੇ ਪਾਸੇ ਨਾ ਤਕਲੀਫਾਂ ਦੇ ਇਲਾਜ ਵਾਸਤੇ ਆਈ ਦਿਲ ਦਾ ਤੜਕਾ ਰਾਤੀ ਨੀਂਦ ਨਾ ਆਉਣੀ ਘਬਰਾਟ ਤੇ ਬੇਚੈਨੀ ਇਹ ਤਿੰਨੇ ਤਕਲੀਫਾਂ ਨੂੰ ਕੋਈ 2 ਕੁ ਮਹੀਨਿਆਂ ਤੋਂ ਸੀ ਤੇ ਤੋਂ ਪਹਿਲਾਂ ਉਹ ਬਿਲਕੁਲ ਠੀਕ ਸੀ ਉਹਦੇ ਸਰੀਰ ਦੇ ਕਿਸੇ ਹਿੱਸੇ 'ਚ ਕੋਈ ਨੁਕਸ ਨਹੀਂ ਸੀ ਦਿਲ ਤੇ ਫੇਫੜੇ ਬਿਲਕੁਲ ਠੀਕ ਸੀ ਹਾਈ ਕੁਚੀ ਉਸ ਲੜਕੀ ਚ ਮੈਨੂੰ ਸਾਫ਼ ਨਜ਼ਰ ਆ ਰਹੀ ਸੀ ਉਸਦੀ ਪਰੇਸ਼ਾਨੀ ਉਹ ਬਹੁਤ ਹੀ ਪਰੇਸ਼ਾਨ ਦਿਖਾਈ ਦਿੰਦੀ ਮੇਰੇ ਪੁੱਛਣ ਤੇ ਪਹਿਲੀ ਵਾਰ ਤਾਂ ਆਖਣ ਲੱਗੀ ਵੀ ਉਹਨੂੰ ਕੋਈ ਗਮ ਡਰ ਜਾਂ ਫਿਕਰ ਨਹੀਂ ਪਰ ਦੋ ਤਿੰਨ ਦਿਨਾਂ ਬਾਅਦ ਉਹਨੇ ਮੈਨੂੰ ਦੱਸਿਆ ਕਿ ਉਹਦੇ ਕਿਸੇ ਲੜਕੇ ਨਾਲ ਨਜਾਇਜ਼ ਸੰਬੰਧ ਹੈ ਉਹ ਦੋ ਮਹੀਨਿਆਂ ਦੀ ਗਰਭਵਤੀ ਹੈ ਤੇ ਸਮਾਜ ਤੇ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਲਈ ਉਹ ਲੁਕ ਛੁਪ ਕੇ ਗਰਭ ਨੂੰ ਗਰਾਉਣ ਦਾ ਯਤਨ ਕਰ ਰਹੀ ਹੈ ਸਾਰੀ ਗੱਲ ਦੱਸਣ ਵਿੱਚ ਉਹ ਅੱਖਾਂ ਭਰ ਕੇ ਕਹਿਣ ਲੱਗੀ ਡਾਕਟਰ ਸਾਹਿਬ ਹੁਣ ਤਾਂ ਮੇਰਾ ਇਹ ਦਿਲ ਕਰਦਾ ਖੂਚ ਛਾਲ ਮਾਰ ਕੇ ਡੁੱਬ ਮਰਾਂ ਏਸੀਓ ਲੜਕੀ ਦੇ ਮਨ ਦੀ ਅਸਲ ਅਵਸਥਾ ਉਹਦੇ ਦੁੱਖ ਦਾ ਅਨੁਮਾਨ ਹੋਣਾ ਤੁਸੀਂ ਆਪ ਲਾ ਸਕਦੇ ਹੋ ਇਸਤਰੀ ਦਾ ਜੀਵਨ ਵੀ ਲੋਕ ਰੀਤਾਂ ਦੀਆਂ ਹੱਦਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਇਹਨਾਂ ਦੀ ਉਲੰਘਣਾ ਆਪਣੇ ਆਪ ਨੂੰ ਮੁਸੀਬਤਾਂ ਤੇ ਦੁੱਖਾਂ ਵਿੱਚ ਆਪ ਹੀ ਪਾਉਣਾ ਨਵੀਆਂ ਯਾਰੀਆਂ ਸੁਖ ਦੇਣ ਦੀ ਬਜਾਏ ਨਵੀਆਂ ਤਕਲੀਫਾਂ ਤੇ ਔਕੜਾਂ ਪੈਦਾ ਕਰਦੀਆਂ ਕਾਰਨ ਕਾਮ ਦਾ ਦੋਸ਼ੀ ਭਾਵ ਤੇ ਦੂਜਾ ਸਮਾਜ ਤੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਤੋਂ ਉਪਰੰਤ ਪੈਦਾ ਹੋਈਆਂ ਉਲਝਣਾ ਅਮਰੀਕਾ ਦਾ ਇੱਕ ਪ੍ਰਸਿੱਧ ਡਾਕਟਰ ਲਿਖਦਾ ਹੈ ਕਿ ਅਮਰੀਕਾ 'ਚ ਕਈ ਅਜਿਹੇ ਇਲਾਕੇ ਆ ਜਿੱਥੇ ਦੇ ਬਸ ਨੇਕ ਚਾਲ ਚੱਲਣ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ। ਉਹਨਾਂ ਦੀ ਸੁਸਾਇਟੀ ਵੀ ਚਾਲ ਚੱਲਣ ਦੀ ਕੋਈ ਏਡੀ ਜ਼ਿਆਦਾ ਪਾਬੰਦੀ ਨਹੀਂ ਲਾਉਂਦੀ। ਇਸ ਇਲਾਕੇ ਦੇ ਲੋਕਾਂ ਨੂੰ ਕਾਮ ਦੇ ਕਾਰਨ ਆਤਮ ਹਕਾਤ ਕਰਨ ਦਾ ਕਦੇ ਖਿਆਲ ਨਹੀਂ ਆਉਂਦਾ। ਫੇਰ ਵੀ ਇਹ ਗੱਲ ਵੇਖੀ ਗਈ ਹੈ ਕਿ ਲੋਕ ਤਰੰਗੀ ਮਾਨਸਿਕ ਬਿਮਾਰੀਆਂ ਦਾ ਸਦਾ ਸ਼ਿਕਾਰ ਹੋਏ ਰਹਿੰਦੇ ਆ। ਚਾਲ ਚੱਲਣ ਬਾਰੇ ਇਹ ਲਿਖੀ ਪ੍ਰਾਤਨ ਖਤ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਜੇ ਦੌਲਤ ਗਈ ਕੁਝ ਨਹੀਂ ਗਿਆ ਜੇ ਸਿਹਤ ਗਈ ਤਾਂ ਕੁਝ ਖੂ ਗਿਆ ਤੇ ਜੇ ਚੱਲ ਚੱਲਣ ਚੱਲਣ ਗਿਆ ਸਭ ਕੁਝ ਗਿਆ ਸੰਪੂਰਨ ਕਾਮ ਗਿਆਨ ਸੈਕਸਚੁਅਲ ਮੈਚਿਓਰਿਟੀ ਕੀ ਹੈ ਸੰਪੂਰਨ ਕਾਮ ਗਿਆਨ ਇਹ ਹੈ ਕਿ ਕਾਮ ਨੂੰ ਅਜਿਹੇ ਢੰਗ ਨਾਲ ਵਰਤਿਆ ਜਾਏ ਕਿ ਸਾਡੇ ਜੀਵਨ ਨੂੰ ਆਨੰਦਮਈ ਤੇ ਖੁਸ਼ੀ ਭਰਿਆ ਬਣਾਉਣ ਦਾ ਇੱਕ ਸਾਧਨ ਬਣੇ ਤੇ ਅਜਿਹੇ ਢੰਗ ਕਿਹੜਾ ਉਹ ਢੰਗ ਹੈ ਪਹਿਲਾ ਸੋਸਾਇਟੀ ਵੱਲੋਂ ਕਾਮ ਕਰਮ ਸੈਕਸਚੁਅਲ ਐਕਟੀਵਿਟੀਜ਼ ਤੇ ਲਾਈਆਂ ਪਾਬੰਦੀਆਂ ਦਾ ਮਾਨਤੇ ਪਾਲਣਾ ਕਰਨੀ ਤੇ ਦੂਜਾ ਕਾਮ ਨੂੰ ਕਾਨੂੰਨ ਦੇ ਅੰਦਰ ਰਹਿ ਕੇ ਵਰਤਣਾ ਇਹ ਤੋਂ ਸਾਡਾ ਭਾਵ ਹੈ ਕਾਮ ਨੂੰ ਵਿਆਹ ਕਰਵਾ ਕੇ ਵਰਤਣਾ ਤੀਸਰਾ ਵਿਆਹ ਮਗਰੋਂ ਕਾਮ ਨੂੰ ਇੱਕ ਹੱਦ ਤੇ ਅੰਦਰ ਵਰਤਣਾ ਕਿਉਂਕਿ ਅਤ ਹਰ ਚੀਜ਼ ਦੀ ਭੈੜੀ ਹੁੰਦੀ ਹੈ ਕਾਮ ਅਗਨੀ ਉੱਤੇ ਜ਼ਬਤ ਜ਼ਰੂਰੀ ਹੈ ਕਾਮ ਅਗਨੀ ਨੂੰ ਜ਼ਬਤ ਚ ਰੱਖਣ ਲਈ ਉਹਨਾਂ ਗੱਲਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਜਿਹੜੀਆਂ ਇਹਨੂੰ ਪੜ੍ਹਾਉਂਦੀਆਂ ਤੇ ਉਹ ਚੀਜ਼ਾਂ ਕਾਮ ਪੜ੍ਹਾਉ ਨਾਵਲ ਮੈਗਜ਼ੀਨ ਕਾਮ ਦੀਆਂ ਤਸਵੀਰਾਂ ਸਿਰਮੇ ਥੀਏਟਰ ਤੀਵੀਆਂ ਦਾ ਦੱਦ ਨੰਗਾ ਤੇ ਭੜਕਾਉ ਪਹਿਰਾਵਾ ਪਾਊਡਰ ਸੁਰਖੀ ਲਿਪਸਟਿਕ ਆ ਜੇ ਅਸੀਂ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਵੱਲ ਬਿਨਾਂ ਕਿਸੇ ਰੋਕ ਟੋਕ ਦੇ ਜਾਣ ਦੇਾਂਗੇ ਤਾਂ ਜ਼ਰੂਰੀ ਹੈ ਕਿ ਉਹ ਕਾਮ ਅਗਦੀ ਨੂੰ ਬਾਹਰ ਕੱਢਣ ਦਾ ਕੋਈ ਰਾ ਟੁੰਡ ਟੋਂਡਣਗੇ ਚਿੱਕੜ ਵਿੱਚ ਖੇੜੇਆਂ ਚਿੱਕੜ ਦੀਆਂ ਛਿੱਟਾਂ ਹੀ ਪਹਿਣਗੀਆਂ ਸ਼ੇਖ ਅਤਾਰ ਦਾ ਇੱਕ ਬਹੁਤ ਮਸ਼ਹੂਰ ਸ਼ੇਅਰ ਹੈ ਤਖਤੇ ਉੱਤੇ ਬੰਨ ਕੇ ਸਾਨੂੰ ਸੁੱਟ ਦਰਿਆ ਵਿੱਚਕਾਰ ਅੱਖਾਂ ਹੋਏ ਨਾ ਪੱਲੂ ਗਿੱਲਾ ਬੀਬਾ ਰੋ ਹੁਸ਼ਿਆ ਕਾਮ ਨੂੰ ਜ਼ਬਤ ਵਿੱਚ ਕਿਵੇਂ ਰੱਖ ਸਕਦੇ ਆ ਸਾਡੀ ਸੋਸਾਇਟੀ ਨੇ ਕਾਮ ਤੇ ਪਾਬੰਦੀਆਂ ਤਾਂ ਲਾਤੀਆਂ ਪਰ ਨੌਜਵਾਨਾਂ ਨੂੰ ਇਹਨਾਂ ਪਾਬੰਦੀਆਂ ਦੇ ਅੰਦਰ ਰਹਿਣ ਦਾ ਤੇ ਉਹਨਾਂ ਦੀ ਪਾਲਣਾ ਕਰਨ ਦਾ ਢੰਗ ਨਹੀਂ ਸਿਖਾਇਆ ਨੌਜਵਾਨਾਂ ਦੇ ਮਨ ਕਾਮ ਰੂਚੀ ਵੱਲੋਂ ਦੂਰ ਕਰਨ ਲਈ ਉਹਨਾਂ ਨੂੰ ਖੇਡਾਂ ਪੜਨ ਲਿਖਨ ਤੇ ਲੋਕਾਂ ਦੀ ਸੇਵਾ ਕਰਨ ਦੇ ਪਾਸੇ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ ਉਹਨਾਂ 'ਚ ਸ਼ੌਕ ਪੈਦਾ ਕਰਨਾ ਚਾਹੀਦਾ ਹੈ ਕਿ ਉਹ ਖੇਲ ਕੋਦ ਦੇ ਮੈਦਾਨ 'ਚ ਸ਼ੌਰਤ ਹਾਸਲ ਕਰਨ ਇਹ ਫਰਜ਼ ਮਾਪਿਆਂ ਤੋਂ ਇਲਾਵਾ ਸਕੂਲਾਂ ਤੇ ਕਾਲਜਾਂ ਦਾ ਵੀ ਹੈ ਜਿੱਥੇ ਇੱਕ ਨੌਜਵਾਨ ਪੜ੍ਹਦੇ ਤੇ ਆਪਣਾ ਬਹੁਤਾ ਸਮਾਂ ਬਤੀਤ ਕਰਦੇ ਬੱਚਿਆਂ ਨੂੰ ਕਾਮ ਤੇ ਲੱਗੀਆਂ ਸਮਾਜਿਕ ਪਾਬੰਦੀਆਂ ਦੀ ਪਾਲਣਾ ਕਰਨ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ ਉਹਨਾਂ ਨੂੰ ਇਹਨਾਂ ਪਾਬੰਦੀਆਂ ਨੂੰ ਤੋੜਨ ਦੀਆਂ ਹਾਨੀਆਂ ਤੇ ਤਕਲੀਫਾਂ ਪੂਰੀ ਤਰ੍ਹਾਂ ਸਪਸ਼ਟ ਕਰ ਦੇਣੀਆਂ ਚਾਹੀਦੀ ਪਰ ਕਿਵੇਂ ਇਹ ਠੀਕ ਹੈ ਕਿ ਮਨੁੱਖ ਦੇ ਅੰਦਰੋਂ ਕਾਮ ਦੇ ਵਿਚਾਰ ਉੱਕਾਈ ਖਤਮ ਨਹੀਂ ਕੀਤੇ ਜਾ ਸਕਦੇ ਪਰ ਇਹਨਾਂ ਨੂੰ ਘੱਟ ਕਰਕੇ ਸਮਾਜ ਦੇ ਨਿਯਮਾਂ ਦੀਆਂ ਹੱਦਾਂ ਦੇ ਅੰਦਰ ਲਿਆਇਆ ਜਾ ਸਕਦਾ ਹੈ ਪਰ ਕਿਵੇਂ ਇਹਦਾ ਟਾਂਗੇ ਹੈ ਕਿ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਲਈਏ ਕਿ ਜਦੋਂ ਸਾਡੇ ਮਨ 'ਚ ਕਾਮ ਦੇ ਵਿਚਾਰ ਆਉਣ ਤਾਂ ਉਸੇ ਵੇਲੇ ਸਾਡੇ ਅੰਦਰ ਸਮਾਜ ਨੀਮਾਂ ਦੀ ਪਾਲਣਾ ਕਰਨ ਦੇ ਵਿਚਾਰ ਵੀ ਨਾਲ ਹੀ ਪੈਦਾ ਹੋ ਜਾ। ਅਸੀਂ ਤੁਹਾਨੂੰ ਕੋਈ ਧਾਰਮਿਕ ਉਪਦੇਸ਼ ਨਹੀਂ ਦੇ ਰਹੇ, ਨਾ ਹੀ ਸਾਡੀ ਕੋਈ ਇੱਛਾ ਹੈ। ਜੋ ਕੁਝ ਅਸੀਂ ਦੱਸ ਰਹੇ ਹਾਂ ਉਹ ਇੱਕ ਮਨੋਵਿਗਿਆਨਕ ਹਕੀਕਤ ਹੈ। ਕਾਮ ਦਾ ਦੁਸ਼ੀ ਭਾਅ ਬਹੁਤ ਸਖਤ ਖਿਚਾਅ ਤੇ ਬੇਚੈਨੀ ਪੈਦਾ ਕਰਦਾ ਹੈ। ਇਸ ਬਾਰੇ ਅਸੀਂ ਤੁਹਾਨੂੰ ਡਾਕਟਰ ਕੋਲਕਟ ਕੈਨਰ ਦਾ ਇੱਕ ਕੇਸ ਦੱਸਦੇ ਹਾਂ। ਮੇਰੇ ਪਾਸ ਇੱਕ ਖੂਬਸੂਰਤ ਤੇ ਜਵਾਨ ਲੜਕੀ ਦੀਯੋ ਮਰਵੀ ਸਾਲ ਦੇ ਲਗਭਗ ਸੀ ਮਸ਼ਵਰਾ ਲੈਣ ਆਈ ਕੁਝ ਸਮੇਂ ਤੋਂ ਉਹ ਬਹੁਤ ਪਰੇਸ਼ਾਨ ਤੇ ਬੇਚੈਨ ਰਹਿੰਦੀ ਸੀ ਉਹਦੀ ਬੇਚੈਨੀ ਤੰਗ ਤੇ ਬੰਦ ਥਾਵਾਂ ਵਿੱਚ ਵੱਧ ਜਾਂਦੀ ਸੀ ਪਹਿਲੀ ਇੰਟਰਵਿਊ ਤੇ ਉਹ ਆਖਣ ਲੱਗੀ ਕਿ ਉਹਨੂੰ ਕੋਈ ਡਰ ਜਾਂ ਚਿੰਤਾ ਨਹੀਂ ਪਰ ਕੁਝ ਦਿਨਾਂ ਅੱਜ ਮੰਨ ਗਈ ਕਿ ਉਹਦਾ ਹੈ ਉਹ ਸੰਦਰਿਕ ਦੋਸ਼ ਗਿਲਟ ਹੈ ਉਹ ਕੁਝ ਸਮੇਂ ਤੋਂ ਨੌਜਵਾਨ ਮੁੰਡਿਆਂ ਨਾਲ ਬਹੁਤ ਜ਼ਿਆਦਾ ਫਿਰਦੀ ਤੁਰਦੀ ਸੀ ਤੇ ਕਾਮ ਦੇ ਇਸ ਦੋਸ਼ ਨੂੰ ਅਨੁਭਵ ਕਰ ਰਹੀ ਸੀ ਕੁਝ ਦਿਨਾਂ ਤੋਂ ਉਹਨੂੰ ਰਾਤ ਨੀਂਦ ਵੀ ਨਹੀਂ ਸੀ ਆਉਂਦੀ ਮੈਂ ਉਹਨੂੰ ਸਮਝਾ ਦਿੱਤਾ ਕਿ ਉਹਦੀ ਵਿੱਚ ਇੰਨੀ ਤੇ ਪਰੇਸ਼ਾਨੀ ਦਾ ਕਾਰਨ ਕਾਮ ਦਾ ਦੋਸ਼ੀ ਭਾਵ ਹੈ ਤੇ ਉਹ ਨੌਜਵਾਨ ਮੁੰਡਿਆਂ ਨਾਲ ਫਿਰਨਾ ਤੁਰਨਾ ਛੱਡ ਦਏ ਉਹਨੇ ਇੰਜ ਹੀ ਕੀਤਾ ਤੇ ਉਹਦੇ ਥੋੜੇ ਸਮੇਂ ਪਿਛੋਂ ਠੀਕ ਹੋ ਗਈ ਪਤੀ ਪਤਨੀ ਲਈ ਠੀਕ ਰਾ ਜਦ ਲੜਕੇ ਲੜਕੀ ਦਾ ਵਿਆਹ ਹੁੰਦਾ ਹੈ ਤੇ ਉਹਦੇ ਮਨ ਚ ਕੁਦਰਤੀ ਇੱਕ ਦੂਜੇ ਲਈ ਪਿਆਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਮੀਆਂ ਬੀਵੀ ਚ ਪਿਆਰ ਦਾ ਹੋਣਾ ਜ਼ਰੂਰੀ ਹੈ ਪਿਆਰ ਨੂੰ ਕਾਇਮ ਰੱਖਣ ਲਈ ਦੋਹਾਂ ਚ ਇੱਕ ਦੂਸਰੇ ਨਾਲ ਹਮਦਰਦੀ ਤੇ ਮਿਲਵਰਤਨ ਦਾ ਹੋਣਾ ਵੀ ਲਾਜ਼ਮੀ ਹੈ। ਇਹਨਾਂ ਤੋਂ ਬਿਨਾ ਦੋਹਾਂ ਧਿਰਾਂ ਵਿੱਚਕਾਰ ਗਲਤਫਹਿਮੀ, ਕੁੜੱਤਨ ਤੇ ਲੜਾਈ ਝਗੜੇ ਦਾ ਪੈਦਾ ਹੋ ਜਾਣਾ ਯਕੀਨੀ ਹੈ। ਮੀਆਂ ਬੀਵੀ ਦੇ ਵਿਚਕਾਰ ਕਾਮ ਸਬੰਧ ਅਜੇ ਹੋਣੇ ਚਾਹੀਦੇ ਹੈ ਕਿ ਕੋਈ ਦੂਜੇ ਦੀ ਕੀਮਤ ਉੱਤੇ ਆਪਣੇ ਲਈ ਖੁਸ਼ੀ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰੇ ਸਗੋਂ ਦੋਵੇਂ ਇੱਕ ਦੂਜੇ ਨੂੰ ਵੱਧ ਤੋਂ ਵੱਧ ਆਨੰਦ ਪਹੁੰਚਾਉਣ ਦੀ ਕੋਸ਼ਿਸ਼ ਕਰਨ। ਕੋਈ ਵਿਅਕਤੀ ਜੀਵਨ ਉਦੋਂ ਤੱਕ ਸੁਖੀ ਨਹੀਂ ਹੋ ਸਕਦਾ ਜਦ ਤੱਕ ਇੱਕ ਦੂਜੇ ਦੀਆਂ ਰੁਚੀਆਂ ਦਾ ਸਤਿਕਾਰ ਨਹੀਂ ਹੁੰਦਾ। ਆਮ ਤੌਰ ਤੇ ਮੀਆਂ ਬੀਵੀ ਵਿਆਹ ਤੋਂ ਇਹ ਭਾਵ ਲੈਂਦੇ ਆ ਕਿ ਉਹਨਾਂ ਇੱਕ ਦੂਜੇ ਕੋਲੋਂ ਵੱਤ ਤੋਂ ਵੱਧ ਅਨੰਤ ਸੁੱਖ ਖਿੱਚਣਾ ਹੈ ਪਰ ਜੈ ਵਿਚਾਰ ਵਿਆਹਤਾ ਜੀਵਨ ਨੂੰ ਸੁਖੀ ਨਹੀਂ ਬਣਾ ਸਕਦੇ ਸੱਚਾ ਪਿਆਰ ਬੇਗਰਜ਼ ਹੁੰਦਾ ਹੈ ਤੇ ਬਿਨਾ ਕਿਸੇ ਮੁਆਵਜ਼ੇ ਦੀ ਆਸਤੇ ਪ੍ਰੇਮੀ ਨੂੰ ਦਿੱਤਾ ਜਾਂਦਾ ਹੈ ਇਹਦੀ ਖੁਸ਼ੀ ਇਹਦੇ ਦੇਣ ਵਿੱਚ ਹੈ ਮੁਆਵਜ਼ਾ ਲੈਣ ਚ ਨਹੀਂ ਮੀਆਂ ਬੀਵੀ ਨੂੰ ਇੱਕ ਦੂਜੇ ਦੀ ਹਰ ਗੱਲ ਵਿੱਚੋਂ ਖੁਸ਼ੀ ਹਾਸਲ ਕਰਨੀ ਚਾਹੀਦੀ ਹੈ ਕੇਵਲ ਕਾਮ ਵਿੱਚੋ ਨਹੀਂ ਦੋਹਾਂ ਦੀ ਕਾਮਵਾਸ਼ਨਾ ਵੱਖ-ਵੱਖ ਹੁੰਦੀ ਹੈ ਇੱਕ ਹੋਰ ਗੱਲ ਜਿਸ ਵੱਲ ਆਦਮੀ ਨੂੰ ਖਾਸ ਧਿਆਨ ਦੇਣਾ ਚਾਹੀਦਾ ਉਹ ਇਹ ਕਿ ਹਰ ਆਦਮੀ ਤੇ ਧੀਵੀ ਦੀ ਕਾਮਵਾਸ਼ਨਾ ਸੈਕਸੂਅਲ ਡਿਜ਼ਾਇਰ ਵੱਖ-ਵੱਖ ਦਰਜੇ ਦੀ ਹੁੰਦੀ ਹੈ ਕਈਆਂ ਦੀ ਕਾਮਵਾਸ਼ਨਾ ਬਹੁਤ ਹੁੰਦੀ ਹੈ ਕਈਆਂ ਦੀ ਘੱਟ ਇਸ ਗੱਲ ਤੋਂ ਜਾਣੂ ਹੋਣਾ ਆਦਮੀ ਤੇ ਧੀਵੀ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਤੋਂ ਅਣਜਾਣ ਹੋਣ ਨਾਲ ਮੀਆਂ ਬੀਵੀ ਦੇ ਵਿੱਚਕਾਰ ਝਗੜਾ ਹੋ ਜਾਣ ਦਾ ਡਰ ਹੈ ਪਤੀ ਪਤਨੀ ਵਿੱਚ ਨਾ ਚਾਕੀ ਤੇ ਕੁਝ ਹੋਰ ਕਾਰਨ ਪਤੀ ਸਮੇਂਦਰ ਦੀ ਪਤਨੀ ਉਹਦਾ ਸਾਰਾ ਧਿਆਨ ਆਪਣੇ ਵੱਲ ਲੈਣਾ ਚਾਹੁੰਦੀ ਹੈ ਆਪਣੀ ਹਰ ਖਾਹਿਸ਼ ਤੇ ਲੋੜ ਨੂੰ ਉਸ ਕੋਲੋਂ ਪੂਰਾ ਕਰਨਾ ਚਾਹੁੰਦੀ ਹੈ ਉਹ ਘਰ ਨੂੰ ਉਹਦੀ ਖੁਸ਼ੀ ਲਈ ਬਣਾਉਣਾ ਤੇ ਸਵਾਰਨਾ ਨਹੀਂ ਚਾਹੁੰਦੀ ਇਹਦੇ ਉਲਟ ਪਤਨੀ ਸਮੇਂਦੀ ਉਹਦਾ ਪਤੀ ਬਜਾਏ ਉਹਦੀਆਂ ਲੋੜਾਂ ਪੂਰੀਆਂ ਕਰਨ ਦੇ ਉਸ ਕੋਲੋਂ ਬਹੁਤ ਆਰਾਮ ਤੇ ਸੁੱਖ ਦੀ ਉਮੀਦ ਰੱਖਦਾ ਹੈ ਤੇ ਚਾਹੁੰਦਾ ਹੈ ਕਿ ਉਹ ਸਾਰਾ ਦਿਨ ਘਰ ਦੇ ਕੰਮਾਂ 'ਚ ਗਰਸੇ ਕਈ ਵਾਰ ਮੀਆਂ ਬੀਵੀ ਦੀ ਨਾ ਚਾਕੀ ਦਾ ਇੱਕ ਬੜਾ ਅਜੀਬ ਕਾਰਨ ਹੁੰਦਾ ਹੈ ਪਰ ਜਦੋਂ ਉਹਨਾਂ ਦੇ ਬੱਚਾ ਹੋ ਜਾਂਦਾ ਹੈ ਪਤਨੀ ਦਾ ਬਹੁਤਾ ਧਿਆਨ ਸਮਾਂ ਬੱਚੇ ਦੀ ਦੇਖਭਾਲ 'ਚ ਲੱਗ ਜਾਂਦਾ ਹੈ ਪਤੀ ਚਾਹੁੰਦਾ ਹੈ ਕਿ ਉਹਦੀ ਪਤਨੀ ਅੱਗੇ ਵਾਂਗੂ ਉਸ ਵੱਲ ਆਪਣਾ ਸਾਰਾ ਧਿਆਨ ਦੇਵੇ ਪਰ ਜਦ ਦੀ ਉਹਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਸ 'ਚ ਝੜਚੜਾਪਨ ਤੇ ਕ੍ਰੋਧ ਆ ਜਾਂਦਾ ਹੈ ਇੱਕ ਦੂਜੇ ਦੀ ਕਦਰ ਕਰੋ ਮੀਆਂ ਬੀਵੀ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਇਸ 'ਚ ਕੋਈ ਸ਼ੱਕ ਨਹੀਂ ਕਿ ਮੀਆਂ ਬੀਵੀ ਨੂੰ ਇੱਕ ਦੂਜੇ ਦੇ ਪਿਆਰ ਦੀ ਕਦਰ ਹੁੰਦੀ ਹੈ ਪਰੀ ਕਦਰ ਸਿਰਫ ਦਿਲਾਂ 'ਚ ਹੀ ਰਹਿ ਜਾਂਦੀ ਹੈ ਜੇ ਉਹਨੂੰ ਆਪਣੀ ਜ਼ਬਾਨ ਰਾਈ ਤੇ ਲਫ਼ਜ਼ਾਂ ਰਾਈ ਪ੍ਰਗਟਨਾ ਕੀਤਾ ਜਾਏ ਕੋਈ ਕਿਸੇ ਦੀ ਗੱਲ ਦਿਲ ਦੀ ਗੱਲ ਨਹੀਂ ਜਾਣਦਾ ਦੂਜੇ ਨੂੰ ਜਾਣੀ ਜਾਣ ਸਮਝਣਾ ਗਲਤੀ ਹੈ ਇਸ ਲਈ ਉਹ ਪਿਆਰ ਤੇ ਇੱਜ਼ਤ ਜਿਹੜੀ ਤੁਹਾਡੇ ਦਿਲ 'ਚ ਆਪਣੇ ਜੀਵਨ ਸਾਥੀ ਲਈ ਹੈ ਉਹਨੂੰ ਪ੍ਰਗਟ ਕਰਨ 'ਚ ਕਦੇ ਵੀ ਸੰਕੋਚ ਨਾ ਕਰੋ ਤੇ ਇਹਨੂੰ ਹਰ ਰੋਜ਼ ਘੱਟ ਤੋਂ ਘੱਟ 2-3 ਵਾਰ ਜ਼ਰੂਰ ਪ੍ਰਗਟ ਕਰੋ ਇਸ ਕਾਂਡ ਵਿੱਚ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ ਪਹਿਲਾਂ ਆਪਣੇ ਮਨ ਨੂੰ ਸਾਫ਼-ਸਾਫ਼ ਸ਼ਬਦਾਂ ਚ ਕਹੋ ਕਿ ਕਾਮ ਦੇ ਮਾਮਲੇ ਚ ਤੁਸੀਂ ਸਮਾਜ ਦੀਆਂ ਪਾਬੰਦੀਆਂ ਤੇ ਕਾਨੂੰਨ ਦੇ ਅਨੁਸਾਰ ਚੱਲੋਗੇ ਉਲਝਣ ਤੋਂ ਬਾਹਰ ਰਹਿਣਾ ਸੌਖਾ ਹੈ ਤੇ ਉਲਝਣ ਚ ਫਸ ਕੇ ਉਸ ਤੋਂ ਨਿਕਲਣਾ ਬਹੁਤ ਔਖਾ ਹੈ ਕਾਨੂੰਨੀ اخਲਾਕੀ ਆ ਆਰਥਿਕ ਤੇ ਸਮਾਜਿਕ ਇਹ ਸਾਰੀਆਂ ਗੱਲਾਂ ਮੁੱਖ ਰੱਖਦੇ ਹੋਏ ਕਾਮ ਨੂੰ ਵਿਆਹ ਤੱਕ ਹੀ ਮਹਦੂਦ ਰੱਖਣਾ ਚਾਹੀਦਾ ਹੈ ਦੂਸਰਾ ਕਾਮ ਰੁਚੀਆਂ ਨੂੰ ਕਾਬੂ ਚ ਰੱਖਣ ਲਈ ਨੌਜਵਾਨਾਂ ਦਾ ਧਿਆਨ ਖੇਡਾਂ ਪੜਨ ਲਿਖਣ ਲੋਕ ਸੇਵਾ ਤੇ ਹੋਰ ਚੰਗੇ ਪਾਸਿਆਂ ਵੱਲ ਲਾਉਣਾ ਚਾਹੀਦਾ ਹੈ ਤੀਸਰਾ ਵਿਆਹ ਦੇ ਮਗਰੋਂ ਪਿਆਰ ਨੂੰ ਕਾਇਮ ਰੱਖਣ ਲਈ ਪਤੀ ਪਤਨੀ ਚ ਇੱਕ ਦੂਜੇ ਲਈ ਹਮਦਰਦੀ ਬੇਗਰਜ਼ੀ ਤੇ ਮਿਲਵਰਤਨ ਦਾ ਹੋਣਾ ਤੇ ਇੱਕ ਦੂਜੇ ਦੇ ਵਿਚਾਰਾਂ ਦੀ ਕਦਰ ਕਰਨੀ ਜ਼ਰੂਰੀ ਹੈ ਇਹਨਾਂ ਤੋਂ ਬਿਨਾ ਪਤੀ ਪਤਨੀ ਚ ਝਗੜਾ ਗਲਤਫਹਿਮੀ ਤੇ ਨਫ਼ਰਤ ਪੈਦਾ ਹੋ ਜਾਂਦੀ ਹੈ ਚੌਥਾ ਪਤੀ ਪਤਨੀ ਨੂੰ ਸਦਾ ਇੱਕ ਦੂਜੇ ਦੀ ਇੱਜ਼ਤ ਤੇ ਸ਼ਲਾਘਾ ਕਰਨੀ ਚਾਹੀਦੀ ਹੈ ਜੋ ਪਿਆਰ ਇੱਕ ਦੂਜੇ ਲਈ ਉਹ ਆਪਣੇ ਦਿਲ ਚ ਰੱਖਦੇ ਹੈ ਉਨੂੰ ਹਰ ਰੋਜ਼ ਘਟੂ ਘਟ ਇੱਕ ਜਾਂ ਦੋ ਵਾਰੀ ਜ਼ਰੂਰ ਪ੍ਰਗਟ ਕਰਨਾ ਚਾਹੀਦਾ ਹੈ ਧੰਨਵਾਦ